बिस्मिल्लाहिर्रहमानिर्रहीम, बिस्मिल्लाहिर्रहमानिर्रहीम। मैं हां मोहम्मद असगर त्रेली, तुस वेंदे पे हो मेरे यूट्यूब चैनल पंजाबी भाई पी के। अज वाला जो विलाग है ना, बड़ा मजेदार होने वाला। तो बाबा जानी गए हैं चिल्ले जमात नाल, ते इन्हां को पूछने हाँ इन्हां दा चिल्ला की मेरी आ, ते बाकी ये लक्की मरवा ते इन्हां दे की हो जाते हैं गुजरे, ते इत्थे मियाँ चन्नू विच इन्हां दे की हो जाते हैं गुजरे, ते उन्हां दी इत्थे कोई तबीयत ही खराब हो आई, वो सारा बाबे जानी को डिटेल लेने। हाँ प्यो दस, इतो जो लगे मुड़ की बने चन्नू विच कित्थे तश्कील होई तुहाडी? अल्लाह पाक की जात बहुत बड़ी जात पाक। अच्छा। पंजाबी अल्लाह की जात बहुत बड़ी जात पाक, एडी बड़ी जात के जहान दे कोल कलमा दरास कलमा से आई बाण समंदर दे आसे आई बाण जावे, ते अल्लाह पाक दे 18,000 मखलूकात ते अल्लाह पाक दी बढ़ाई लिखनी शुरू कर दीती जावे, हर शाय खत्म हो वैसी अल्लाह पाक की बढ़ाई नहीं खत्म होती, एडी बड़ी जात पाक। ਅਜ਼ਰ ਜਿਬਰੀਲ ਅਲੈਹਿਸਸਲਾਮ ਸਲਾਮ ਨੇ ਅੱਲਾਹ ਪਾਕ ਨੂੰ ਆਖਿਆ ਮੈਂ ਤੇਰੀ ਜੰਨਤ ਦੀ ਸੈਰ ਕਰੇ ਨਾ, ਅੱਲਾਹ ਪਾਕ ਆਖੇ ਜਾ ਕਰ, ਉਹਦਾ 6 ਸਾਲ ਬਾਅਦ ਹੋਇਆ ਉੱਡਦਾ 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 ਥੱਕ ਗਿਆ। ਅੱਲਾਹ ਪਾਕ ਤੋਂ ਪੁੱਛਦਾ ਹੋਰ ਚੁੱਕੀ ਅਗਰ ਜੰਨਤ, ਅੱਲਾਹ ਪਾਕ ਨੇ ਆਖਿਆ ਜਨ ਤੁਹਾਨੂੰ ਇਬਤਦਾ ਸ਼ੁਰੂ ਕੀਤੀ। ਮੇਰੇ ਭਾਈ ਦੋਸਤੋ ਚਿਲਾ ਹਮਾਰਾ 3 ਤਰੀਕ ਨੂੰ ਹਮ ਨਿਕਲੇ ਤੇ 12ਵੇਂ ਮਹੀਨੇ ਦੀ 3 ਤਰੀਕ ਨੂੰ, ਤੇ ਆਸਾਂ ਸਾਡੀ ਪਹਿਲੀ ਤਕਰੀਰ ਹੋਈ ਆਈ 43-15 ਐਲ ਦੇ ਵਿੱਚ, 2 ਮਸਜਿਦ ਕੰਮ ਕੀਤਾ, ਬੜੇ ਇਕਰਾਮ ਵਾਲੇ ਲੋਕ ਆ, ਉੱਥੇ 2 ਜਮਾਤਾਂ ਨਿਕਲੀਆਂ, ਮੋੜਾ ਸਾ ਸਾਤ ਚੱਕ ਕੇ ਵਗ ਗਿਆ ਸੀ, ਉਹ ਬੜੇ ਬੰਦੇ ਚੰਗੇ ਆ, ਉਹਨਾਂ ਨੇ ਸਾਡਾ ਬੜਾ ਇਕਰਾਮ ਕੀਤਾ। ਉਸ ਤੋਂ ਬਾਅਦ ਮੋੜਾ ਸਾ ਲੱਗ ਗਿਆ ਇਕਬਾਲ ਨਗਰ ਵਾਲੀ ਜਾਵੇ ਮਸਜਿਦ ਉਸਮਾਨੀਆ ਦੇ ਵਿੱਚ, ਉਹਦੇ ਵਿੱਚ 3 ਦਿਨ ਗੁਜ਼ਾਰੇ, ਉਹ ਬੰਦੇ ਬੜੇ ਲੋਕ ਇਕਰਾਮ ਵਾਲੇ ਹਾਂ, ਬੜੇ ਅੱਛੇ ਲੋਕ ਹਨ, 5 ਟਾਈਮ ਦੀ ਨਮਾਜ਼ ਵੀ ਪੜ੍ਹਦੇ ਹਨ, ਬਾ ਜਮਾਤ ਨਾ ਪੜ੍ਹਦੇ ਹਨ। ਉਸ ਤੋਂ ਬਾਅਦ ਮਰਕਜ਼ ਦੇ ਸਾਨੂੰ ਉਲਮਾ ਆਪਣੇ ਮਜਲਿਸ ਸ਼ੁਰੂ ਵਾਲੇ ਆਖਿਆ ਭਾਈ ਜੋੜ ਤੁਸਾਂ ਇੱਥੋਂ ਪੁਗਤਾ ਤੇ ਤਾਂ ਤੁਸਾਂ ਅੱਗੇ ਤਸ਼ਕੀਲ ਕਰਾਉਣੀ, ਅਸੀਂ ਇੱਥੋਂ ਚਲੇ ਗਏ ਅਸੀਂ ਲਾਹੌਰ, ਲਾਹੌਰ ਸਾਡੀ ਤਸ਼ਕੀਲ ਹੋ ਗਈ ਲੱਕੀ ਮਰਵਾ ਦੀ, 11 ਬੰਦੇ ਅਸੇ ਸਾਡੇ ਉੱਥੇ ਆਜ਼ਮ ਦੀ ਤਸ਼ਕੀਲ ਹੋਈ, ਦਿਹਾਤ ਦਾ ਇਲਾਕਾ ਹੈ, ਬੜੇ ਲੋਕ ਚੰਗੇ, ਇੱਕ ਇੱਕ ਬੰਦੇ ਦੇ 10-10 ਮੁਰੱਬੇ, 5-5 ਮੁਰੱਬੇ ਦੇ ਮਾਲਕ ਹਨ, ਤੇ ਆਟਾ ਸ਼ੋ ਦੇ ਮੁੱਲ ਲੈਂਦੇ ਆ, ਉਹ ਕੀ ਵਜ੍ਹਾ ਆਟਾ ਕਿਉਂ ਮੁੱਲ ਲੈਂਦੇ ਆ? ਉਹ ਆਟਾ ਮੁੱਲ ਲੈਂਦੇ ਆ, ਉੱਥੇ ਨਹਿਰੀ ਨਿਜ਼ਾਮ ਕੋਈ ਨਹੀਂ, ਪਾਣੀ ਕੋਈ ਨਹੀਂ, ਕਣਕਾਂ ਗੱਡੀਆਂ ਪਈਆਂ, ਅਸਾਂ ਵੇਖੀਆਂ ਬਾਦਸ਼ਾਹ ਅਮਸਨ ਤੇ ਅੱਲਾਹ ਪਾਕ ਦਾ ਉਹ ਨਾਮ ਦੇ ਮਤਲਬ ਫਸਲ ਪਾਕ ਵੀ ਸਰ, ਬਾਦਸ਼ਾਹ ਨਾ ਆਇਆ ਤਾਂ ਫਸਲ ਸੁੱਕ ਵੀ ਸਰ। ਇਹ ਐਡੇ ਲੋਕ ਚੰਗੇ ਹਨ, ਇਕਰਾਮ ਆ, ਬੜੇ ਉਹ ਇਕਰਾਮ ਕਰਦੇ ਹਾਂ ਸਾਡੇ ਜਨਾਬ, ਜਿਹੜਾ ਨਾ ਪਾਣੀ ਡਰਾਮ ਬਾਹਰ ਤੇ ਮਸਜਿਦ ਦੇ ਭੂਏ ਤੇ ਰੱਖ ਰਹੇ, 10-10 ਲੋਟੇ ਰੱਖ ਰਹੇ ਉੱਥੇ ਜਨਾਬ, ਬੱਚੀਆਂ ਸਾਨੂੰ ਪਾਣੀ ਭਰਦੇ ਹੋਣਾ, ਬੜੇ ਇਕਰਾਮ ਵਾਲੇ ਲੋਕ ਆ, ਜਿਸ ਤਰ੍ਹਾਂ ਸਾਡਾ ਇਕਰਾਮ ਕਰਦੇ ਆ। 2 ਬਰਾਤਾਂ ਦੇ ਵਿੱਚ ਜਨਾਬ ਚੂਰੀ ਕੁੱਟੀ ਆਉਂਦੀ, ਉੱਥੇ ਸਾਲਣ ਹੁੰਦਾ, ਤੇ ਆਦੇ ਬਈ ਖਾਓ, ਅਸਮ ਲੋਕ ਖਾਂਦੇ ਸੀ, ਜਿਹੜਾ ਬਚ ਜਾਂਦਾ ਵਾਪਸ ਪਾ ਜਾਂਦਾ, ਉੱਤੋਂ ਜਿਹੜਾ ਸਾਨੂੰ ਚਾਹ ਪੱਤੀ ਦੁੱਧ ਪੱਤੀ ਪਵੇਦੇ ਹਾਂ, ਬੜੇ ਅੱਛੇ ਲੋਕ ਹਨ। 6 ਜਮਾਤਾਂ ਸਰ ਘੜੀਆਂ, 8 ਮਸਜਿਦ ਦੇ ਵਿੱਚ ਅਸਾਂ ਕੰਮ ਕੀਤਾ, ਉਸ ਤੋਂ ਬਾਅਦ ਵਿੱਚ ਅਸਾਂ ਆ ਗਿਆ ਸੀ ਤਾਜ਼ਰ ਸੀ। ਅੱਛਾ, ਤੇ ਉੱਥੇ ਮੁੜ ਤੁਸਾਂ ਇਹ ਪਿਓ ਵੇਖਿਆ ਬਈ ਕਿ ਉਹਦੇ ਨਾਲ ਜਾਨਵਰ ਵਗੈਰਾ ਮੱਝੀ ਗਾਈ ਭੇੜਾਂ ਛੇੜਾਂ ਇਹ ਹਨ? ਮੈਂ ਜਿੱਥੇ ਕਾਇਨ ਆਏ ਗਾਂ ਵੇਖੀ, ਗਾਂ ਕੋਈ ਕਲੀਰ ਗਾਂ ਹਾਏ, ਪਹਾੜੂ ਹਨ, ਬੱਕਰੀਆਂ ਹਨ, ਦੁੰਬੇ ਹਨ, ਤੇ ਉਹ ਮਤਲਬ ਵਿਚਾਰੇ ਸ਼ੋਦੇ ਛੋੜ ਤੇ ਲਾ ਜਾਂਦੇ ਹਨ ਜਾਂ ਚਲਾਈਂਦੇ ਹਨ, ਬਸ ਨਿਮਾਸ਼ੀ ਘਰ ਫੇਰ ਤੇ ਲਾ। ਸਬਜ਼ਾ ਸ਼ਬਜ਼ਾ ਉੱਤੇ ਹਾਈ ਪਿਆ ਕਬਜ਼ਾ ਕਿਸ਼ਾ ਦਾ ਨਹੀਂ, ਸਬਜ਼ਾ ਜੀ ਮੈਂ ਸਬਜ਼ਾ ਕੋਈ ਨਾ ਇੱਥੇ, ਨਾ ਕੋਈ ਪੱਠਾ ਹਾਏ, ਨਾ ਸਿਰਫ ਕਾਲਾ ਗੱਡੀ ਹੋਈ ਆ, ਕੋਈ ਮਾੜਾ ਮੋਟਾ ਕਨਾਲ ਦਾ ਅਮਲ ਹੈ, ਕਿਸੇ ਦਾ ਬਰਸੀਨ ਹੋਵੇ, ਜਿਹੜਾ ਉੱਥੇ 1200 ਫੁੱਟ ਤੇ ਪਾਣੀ ਹੈ। ਅੱਛਾ, 100 ਹਕੂਮਤ ਉੱਥੇ ਪਲੇਟ ਲਾ ਤੇ ਦਿੱਤੀ, 100 ਪਲੇਟ ਜਨਾਬ 2 ਇੰਚ ਦੀ ਨਾਲ ਲੱਗੀ ਹੋਈ, ਜਿਹੜਾ ਪਾਣੀ ਸੋਦੇ ਖੋਤੇ ਰੇੜਿਆਂ ਤੇ ਡਰਾਮ ਰੱਖਦੇ ਹਨ, ਬਾਹਰ ਤੇ ਲਾ ਜਾਂਦੇ ਹਨ, ਘਰ ਹੀ ਇਸਤੇਮਾਲ ਕਰਦੇ ਹਨ, ਤੇ ਪਹਾੜੂ ਨੂੰ ਪਿਵਾਈਂਦੇ ਆ, ਪਾਣੀ ਦਾ ਉੱਥੇ ਨਿਜ਼ਾਮ ਨਾ ਨਹਿਰੀ ਆਏ ਤੇ ਨਾ ਉੱਥੇ ਕਈ ਬੋਰ ਆਏ, 100 ਪਲੇਟਾਂ ਇੱਕ ਇੱਕ ਮਤਲਬ ਹੈ, ਉਹਨਾਂ 4-4 ਕਿਲੋਮੀਟਰ ਤੇ ਲੱਗੀ ਹੋਈ ਹਨ, ਜਿਹੜੇ ਲੋਕ ਪਾਣੀ ਬਾਹਰ ਤੇ ਲਾ ਜਾਂਦੇ ਆ। ਇੱਥੇ ਮੁੜ ਨਾ ਬੜੀ ਤੰਗੀ ਆਉਂਦੀ ਸੀ ਪਾਣੀ ਪੀਵਣ ਦੀ, ਨਾ ਆਉਂਦੇ ਬੰਦੇ ਤੰਗ, ਉਹ ਇਕਰਾਮ ਬੜਾ ਕਰਨਾ, ਜਮਾਤਾਂ ਉਹਨਾਂ ਬੜੀ ਦੇਣੀ ਆ, ਗੱਲ ਗੱਲ ਬੜੀ ਉਹਨੂੰ ਸੋਹਣੀ ਸੁਣਨੀ, 8 ਮਸਜਿਦ ਦੇ ਕੰਮ ਕਾਰ ਤੇ ਮੋੜਾ ਸਵਾ ਗਿਆ ਸੀ ਤਾਜ਼ਾ ਸਹੀ, ਉੱਥੇ ਜਾਵੇ ਮਸਜਿਦ ਸਾਡੀ ਵਾਪਸੀ ਆਏ, ਉੱਥੇ ਮੋੜਾ ਸਮਝਿਆ ਸੀ ਤੇ ਰਾਤ ਰਿਹਾ ਸੀ, ਉੱਥੇ ਦੀਗਰ ਦਾ ਸੰਘਰਸ਼ ਕੀਤਾ, ਤੇ ਇਹ ਇਕਰਾਮ ਆ ਗਿਆ ਨਾ ਡੋਗਲੀਆਂ ਤੇ ਜਨਾਬ ਕਿੰਨੂ ਤੇ ਕੇਲੇ, ਤੇ ਉੱਥੇ ਉਹਨਾਂ ਡੇਗ ਲਾ ਦਿੱਤੇ ਮਸਜਿਦ ਦੇ ਵਿੱਚ, ਬੜੇ ਪਠਾਨ ਲੋਕ ਚੰਗੇ ਆ। ਅੱਛਾ, ਪਠਾਨ ਚੰਗੇ ਲੋਕ, ਉਸ ਤੋਂ ਬਾਅਦ ਮੁੜ ਰਾਜਵੰਟ ਆ ਗਿਆ ਜੀ? ਨਹੀਂ, ਉਸ ਤੋਂ ਮੁੜ ਅਸਾਂ ਉੱਥੇ ਸ਼ਾਮ ਦਾ ਮੇਰਾ ਬਿਆਨ ਆਈ, ਸ਼ਾਮੀ ਮੈਂ ਬਿਆਨ ਕੀਤਾ, ਦਮਿਨਾਰ ਅਸਾਂ ਜਿਸ ਉੱਠਿਆ ਸੈਨਾ ਤੇ ਦਮਿਨਾਰ 8
ਚਾਹ ਦੇ ਥਰਮੋਸ ਆਏ ਪਏ ਹਨ ਤੇ ਰੋਟੀਆਂ ਦੇ ਡੇਕ ਲੱਗੇ ਪਏ ਹਨ ਬੜੇ ਇਕਰਾਮ ਵਾਲੇ ਲੋਕ ਆ ਮਾਸ਼ਾਅੱਲਾ ਉਸ ਤੋਂ ਬਾਅਦ ਮੋਟਰਾਈਵੈਂਟ ਆਇਆ ਹਾਂ ਉਸ ਤੋਂ ਬਾਅਦ ਮੋਟਰਾਈਵੈਂਟ ਆਇਆ ਸੇ ਉੱਥੇ ਮੈਂ ਜਿਸ ਵੇਲੇ ਜਾ ਮੈਂ ਮਸਜਿਦ ਵਿੱਚ ਬਿਆਨ ਕੀਤਾ ਨਾ ਲੱਕੀ ਮਰਵਤ ਸੁਣਾ ਆ ਗਿਆ ਰਾਜਵੈਂਟ ਉੱਥੇ ਕਾਰ ਗੁਜ਼ਾਰੀ ਸੁਣਾਏ ਮੁੜ ਹਦਾਇਤ ਦੀ ਗੱਲ ਹੋ ਗਈ ਉਸ ਤੋਂ ਬਾਅਦ ਅਸਾਂ 9 ਤਰੀਕ ਨੂੰ ਸਾਡਾ ਕਿਲਾ ਖਤਮ ਹੋ ਗਿਆ ਸਾਰੇ ਸਾਥੀ ਅਸਾਂ ਘਰ ਆ ਗਿਆ ਅੱਛਾ ਇਸ ਰਸਤੇ ਤੇ ਅੱਲਾ ਬੜਾ ਖੁਸ਼ ਹੁੰਦਾ ਜਿਹੜਾ ਬੰਦਾ ਅੱਲਾ ਦੇ ਅੱਛਾ ਤੇ ਉਹ ਨਾ ਬੰਦੇ ਮੇਰੇ ਕੋਲ ਬੜੇ ਪੁੱਛਦੇ ਹੀ ਹਨ ਤੇ ਉਹ ਤੁਸਾਂ ਜਿਹੜਾ ਸੁਣਾਈਂਦੇ ਹੁੰਦੇ ਉਹ ਤਬਲੀਗ ਗਾੜੀ ਕੀ ਮਿਸਾਲ ਹੈ ਤੇ ਉਹ ਵੀ ਚਲੋ ਤੁਸਾਂ ਸਾਡੇ ਸੁਣਨ ਵਾਲੇ ਦੋਸਤਾਂ ਨੂੰ ਸੁਣਾ ਦਿਓ ਤੇ ਤਾਂ ਕਿ ਜਿਹੜਾ ਨਾ ਜਿਹੜਾ ਅੱਲਾ ਦੇ ਰਸਤੇ ਨਿਕਲ ਸੀ ਜਾਂ ਸੁਣ ਸੀ ਤਾਂ ਉਹਨਾਂ ਨੂੰ ਸਵਾਬ ਹੋ ਸੀ ਜੀ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਦੁਨੀਆਂ ਕੀ ਮੁਹੱਬਤ ਇੱਕ ਕੈਂਸਰ ਬਿਮਾਰੀ ਹੈ ਦੁਨੀਆਂ ਨੂੰ ਬੰਦੇ ਛੋੜ ਦੇਵਣ ਆਖਰਤ ਦੇ ਤਵੱਜਾ ਕਰੇ ਦੁਨੀਆਂ ਕੀ ਮੁਹੱਬਤ ਇੱਕ ਕੈਂਸਰ ਬਿਮਾਰੀ ਹੈ ਇਹਦੇ ਵਾਸਤੇ ਦਾਵਾ ਤੇ ਤਬਲੀਗ ਚਾਹੀਦੀ ਹੈ ਜਿਹੜਾ ਬੰਦਾ ਯਕੀਨ ਤੇ ਅਮਲ ਨਾਲ ਕੰਮ ਕਰੇ ਸੀ ਅੱਲਾ ਪਾਕ ਉਹਦਾ ਬੇੜਾ ਪਾਰ ਕਰਦੇ ਸੀ ਸ਼ਬੇ ਜੁਮਾ ਇਹਦਾ ਮੁਆਇਨਾ ਚਿਲਾ ਇਹਦਾ ਅਕਸਰੇ ਚਾਰ ਮਹੀਨੇ ਇਹਦਾ ਮੁਕੰਮਲ ਕੋਰਸ ਹੈ ਇਹਦਾ ਜਦੀਦ ਹਸਪਤਾਲ ਰਾਇਵੈਂਟ ਹੈ ਜੋ ਇਸ ਮੈਂ ਇਲਾਜ ਕਰਵਾਉਣਾ ਚਾਹੇ ਉਹ ਕਰਵਾ ਸਕਦਾ ਹੈ ਚੱਲ ਰਹੀ ਹੈ ਤੋ ਯੇ ਜਹਾਨ ਹੈ ਰੁਕ ਗਈ ਤੋ ਕਬਰ ਗੁਸਾਨ ਹੈ ਮੇਰੇ ਭਾਈ ਦੋਸਤੋ ਇਸ ਜਹਾਨ ਤੇ ਰਹਿਣਾ ਕੋਈ ਨਹੀਂ ਆਖਰਤ ਮਰਨਾ ਕੋਈ ਨਹੀਂ ਦੋਜ਼ਖੇ ਜਾਣਾ ਕੋਈ ਨਹੀਂ ਇਨਸ਼ਾਅੱਲਾ ਤਾਲਾ ਤੇ ਜੰਨਤ ਉਲ ਫਿਰਦੌਸ ਚੋਂ ਵਾਪਿਸ ਆਉਣਾ ਕੋਈ ਨਹੀਂ ਮੇਰੇ ਭਾਈ ਦੋਸਤੋ ਪਹਿਲਾ ਚਿਲਾ ਲਾਉਣਾ ਦਿਲ ਦਾ ਰੰਗ ਲਾਉਂਦਾ ਦੂਜੇ ਚਿਲੇ ਨਾਲ ਢੰਗ ਆਉਂਦਾ ਤ੍ਰੀਏ ਚਿਲੇ ਨਾਲ ਰੰਗ ਆਉਂਦਾ ਬਜ਼ੁਰਗਾਂ ਨੇ ਸਾਹ ਬਣਾਇਆ ਚਾਰ ਮਾਹ ਸਾਲਾਨਾ 10 ਦਿਨ ਮਹਾਨਾ 8 ਘੰਟੇ ਰੋਜ਼ਾਨਾ ਯੇ ਕਾਮ ਹੈ ਮਰਦਾਨਾ ਖੁਦ ਵੀ ਇਸ ਪਰ ਆਨਾ ਦੂਸਰੋਂ ਕੋ ਵੀ ਲਾਨਾ ਯੇ ਦੁਨੀਆ ਔਰ ਆਖਰਤ ਕਾ ਯੇ ਹੈ ਖਜ਼ਾਨਾ ਮੇਰੇ ਭਾਈ ਦੋਸਤੋ ਤਬਲੀਗ ਇੱਕ ਗਾੜੀ ਕੀ ਮਿਸਾਲ ਇਖਲਾਸ ਇਸ ਕਾ ਇੰਜਣ ਹੈ ਦਾਵਤ ਇਸ ਕਾ ਪੈਟਰੋਲ ਹੈ ਇਕਰਾਮ ਇਸ ਕੀ ਰਫਤਾਰ ਹੈ ਜ਼ਿਕਰ ਇਸ ਕੀ ਰੋਸ਼ਨੀ ਹੈ ਇਲਮ ਇਸ ਕਾ ਰਸਤਾ ਹੈ ਤਸੀਹ ਨੀਅਤ ਇਸ ਕੀ ਜੜ ਹੈ ਸਬਰ ਇਸ ਕੀ ਬਰੇਕ ਹੈ ਬਿਸਤਰਾ ਇਸ ਕਾ ਟਿਕਟ ਹੈ ਜੰਨਤ ਉਲ ਫਿਰਦੌਸ ਮੇਰੇ ਭਾਈ ਦੋਸਤੋ ਇਹਦੀ ਮੰਜ਼ਲ ਤਬਲੀਗ ਇੱਕ ਗਾੜੀ ਹੈ ਜੋ ਇਸ ਪਰ ਸਵਾਰ ਹੋ ਜਾਏਗਾ ਉਹ ਸਿੱਧਾ ਜੰਨਤ ਉਲ ਫਿਰਦੌਸ ਮੈਂ ਦਾਖਲ ਹੋ ਜਾਏਗਾ ਮਸ਼ਹੂਰਾ ਇਹਦਾ ਸਟੇ ਰੰਗ ਹੈ ਤਕਵਾ ਇਹਦੀ ਛੱਤ ਹੈ ਇਲਮ ਇਹ ਕੇਸਟ ਹੈ ਇਕਰਾਮ ਇਹਦਾ ਪਿਡਾਲ ਹੈ ਜ਼ਿਕਰ ਇਹਦੀ ਲਾਈਟ ਹੈ ਫਿਕਰ ਇਹਦੀ ਬਰੇਕ ਹੈ ਇਖਲਾਸ ਇਹਦਾ ਹਾਰਨ ਹੈ ਤਕੱਬਰ ਤੇ ਗਰੂਰ ਇਹਦਾ ਐਕਸੀਡੈਂਟ ਹੈ ਤੌਬਾ ਅਸਤਗਫਾਰ ਇਹਦੀ ਮੁਰੰਮਤ ਹੈ ਦਾਵਾ ਗਾੜੀ ਨੰਬਰ 6 ਯਾਨੀ 6 ਨੰਬਰ ਤਵੱਕਲ ਇੱਕ ਰਸਤਾ ਹੈ ਅੱਲਾ ਦਾ ਰਸਤਾ ਆਖਰੀ ਸਟਾਪ ਇਸ ਕੀ ਜੰਨਤ ਹੈ ਵਰਕ ਛਾਪ ਇਸ ਕੀ ਰਾਏ ਵੈਂਟ ਹੈ ਮੇਰੇ ਭਾਈਓ ਦੋਸਤੋ ਦੁਨੀਆ ਹਮਾਰੀ ਇਮਤਿਹਾਨ ਕੀ ਜਗ੍ਹਾ ਇਬਾਦਤ ਹਮਾਰੀ ਪਹਿਚਾਣ ਹੈ ਦਾਵਤ ਅਸਲ ਹਮਾਰਾ ਕਾਮ ਹੈ ਹਰ ਮੁਸ਼ਕਿਲ ਕਾ ਹੱਲ ਬਿਸਤਰਾ ਬਾਂਧ ਕਰ ਤਬਲੀਗ ਨਾਲ ਚੱਲ ਮਾਂ ਸ਼ਾਨਲਾ 4 ਮਹੀਨੇ ਮੇਰੇ ਭਾਈ ਲਾ ਤੇ ਇਸ ਕੰਮ ਨੂੰ ਸਿੱਖਣਾ ਮੁੜ ਮਰਦਿਆਂ ਤੱਕ ਇਸ ਕੰਮ ਨੂੰ ਕੀਤੀ ਰੱਖਣਾ ਅੱਲਾ ਪਾਕ ਬੜੇ ਖੁਸ਼ ਹੋਸੇ ਮੇਰੇ ਭਾਈ ਦੋਸਤੋ ਜਿਹੜਾ ਬੰਦਾ ਅੱਲਾ ਰਸੂਲ ਦੀ ਗੱਲ ਨੂੰ ਨਹੀਂ ਮੰਨਦਾ ਮਾਂ ਪਿਓ ਦਾ ਆਖਿਆ ਨਹੀਂ ਮੰਨਦਾ ਦੁਨੀਆਂ ਤੇ ਫਸਾਦ ਕਰਦਾ ਵਾਅਦੇ ਖਿਲਾਫ ਹੀ ਕਰਦਾ ਉਹਦਾ ਮੇਰੇ ਭਾਈ ਦੋਸਤੋ ਨਾ ਜਹਾਨ ਕੋਈ ਇੱਥੇ ਤੇ ਨਾ ਕੋਈ ਉਹਦਾ ਆਖਰਤ ਇੱਥੇ ਉਹਦਾ ਇੱਕ ਮਕੁੱਲਾ ਹੈ ਸਮੁੰਦਰ ਚੋਂ ਨਿਕਲੀਆਂ 3 ਨਹਿਰਾਂ 2 ਸੁੱਕੀਆਂ ਤੇ 1 ਵਾਂਦੀ ਨਹੀਂ ਜਿਹੜੀ ਵਾਂਦੀ ਨਾ ਆਈ ਨਾ ਉਹਦੇ ਵਿੱਚ 3 ਬੰਦੇ ਨਾਵਣ ਆਏ 2 ਬੋਟ ਤੇ ਮਾਰ ਗਏ 3 ਲੱਭਦਾ ਨਹੀਂ ਜਿਹੜਾ ਲੱਭਦਾ ਨਾ ਆਏ ਨਾ ਉਹਨੂੰ ਲੱਦੀਆਂ 3 ਮੱਝੀ 2 ਫੰਡਰੀਆਂ ਤੇ 1 ਸੁੰਦੀ ਨਾ ਆਏ ਜਿਹੜੀ ਉਹ ਸੁੰਦੀ ਨਾ ਆਏ ਨਾ ਉਸ ਦਿੱਤੇ 3 ਕੱਟੇ 2 ਉਠੀਂਦੇ ਨਾ 1 ਹਾਏ ਲੰਗੜਾ ਜਿਹੜਾ ਲੰਗੜਾ ਹਾਏ ਨਾ ਉਹ ਵਿਕਿਆ 3 ਰੁਪਈਆਂ ਦਾ 2 ਖੋਟਿਆਂ ਤੇ 1 ਚੱਲਦਾ ਨਾ ਜਿਹੜਾ ਚੱਲਦਾ ਨਾ ਇਹਨਾਂ ਨੂੰ 3 ਬੰਦੇ ਕਾਰੀਗਰ ਬੜੇ ਸਿਆਣੇ ਲੋਕ ਵੇਖਣਾ 2 ਅੰਨਿਆਂ 1 ਨੂੰ ਦਿਸੀਂਦਾ ਨਾ ਮਰਕਾ ਸਾਡਾ ਮੀਆਂ ਚੰਨਵੇ ਜ਼ਿਲ੍ਹਾ ਸਾਡਾ ਖਾਨੇਵਾਲ ਹੈ ਮੌਜਾ ਸਾਡਾ ਸਹੇਲੀਏ ਨਾ ਮੇਰੇ ਅਨਵਰੇ ਕੌਮ ਤੋਂ ਮੈਂ ਸਹੇਲੀ ਹਾਂ ਮੇਰੇ ਭਾਈ ਦੋਸਤੋ 4 ਮਹੀਨੇ ਲਾ ਤੇ ਇਸ ਕੰਮ ਨੂੰ ਸਿੱਖੋ ਹਰ ਇੱਕ ਬੜੇ ਅਰਬਾਂ ਤੇ ਖਰਬਾਂ ਲੋਕ ਸਿਆਣੇ ਸਿਆਣੇ ਆਖਰਤ ਦਾ ਲੁਕਮ ਮਾਣ ਗਏ ਤੇ ਆਪਾਂ ਹੀ ਵਾਗ ਜਾਣਾ ਤੇ ਅੱਲਾ ਪਾਕ ਖੁਸ਼ ਹੁੰਦਾ ਹੈ ਕੁਰਾਨ ਮਜੀਦ ਚੰਦਾ ਹੈ ਯਾ ਯੁਹੱਲਦੀਨ ਤੰਸੁਰਲਕੁਮ ਯੰਸੁਰਕੁਮ ਯੋ ਸਭੇ ਬਿਸ ਇਕਦਾਮ ਤੋਂ
ਅੱਲਾ ਪਾਕ ਆਦਾ ਮੇਰੀ ਜਿਹੜੇ ਦੀਨ ਦੀ ਮਦਦ ਕਰੇ ਸੀ ਮੈਂ ਉਹਦੇ ਕਦਮ ਜਮਾ ਦੇ ਸਾਂ ਉਹਦੀ ਕਫਾਲਤ ਕਰੇ ਸਾਂ ਉਹਨੂੰ ਰਿਸਕ ਉੱਥੋਂ ਦੇ ਸਾਂ ਜਿਸ ਤੋਂ